ਜੋ ਕਿ ਦਿਵਾਲੀ ਦਾ ਦਿਨ ਧਿਆਰ ਆ ਰਿਹਾ ਹੈ ਤੇ ਪਹਿਲਾਂ ਸਾਡੇ ਪਿਛਲੇ ਸਾਲ ਕਰੋਨਾ ਮਹਾਮਾਰੀ ਕਰਕੇ ਕੋਈ ਵੀ ਦਿਨ ਧਿਆਰ ਨਹੀਂ ਮਨਾਇਆ ਗਿਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਹਾਂਜੀ જય ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਨੋਦ ਪਟਿਆ ਸ਼੍ਰੋਮਣੀ ਕਾਲੀ ਦਲ ਫਤਿਹਗਰ ਚੂੜੀਆਂ ਯੂਥਾਗੂ ਮੈਂ ਇਹ ਜੋ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਸਾਡੇ ਬਹੁਤ ਹੀ ਪਵਿੱਤਰ ਤਿਉਹਾਰ ਹੈ ਸਾਡੇ ਦੇਸ਼ ਵਾਸਤੇ ਹਿੰਦੂਆਂ ਵਾਸਤੇ ਸਿੱਖਾਂ ਵਾਸਤੇ ਇੱਕ ਬਹੁਤ ਹੀ ਪਵਿੱਤਰ ਦਿਵਾਲੀ ਆ ਇਹ ਜੋ ਦੀਵਾਲੀ ਦਾ ਤਿਉਹਾਰ ਹੈ ਅਸੀਂ ਪਿਛਲੇ ਸਾਲ ਜੋ ਕੋਰੋਨਾ ਮਹਾਮਾਰੀ ਆਈ ਡੇਢ ਦੋ ਸਾਲ ਜੋ ਸਾਡਾ ਜੋ ਵਕਤ ਲੰਘਿਆ ਇਹ ਜੋ ਕਰੋਨਾ ਕਰੋਨਾ ਮਹਾਮਾਰੀ ਦੇ ਨਾਲ ਲੋਕੀ ਇਤਿਹਾਰ ਨਹੀਂ ਬਣਾ ਸਕੇ ਔਰ ਲੋਕਾਂ ਨੂੰ ਮਜਬੂਰ ਹੋ ਕੇ ਘਰਾਂ ਦੇ ਵਿੱਚ ਬਹਿਣਾ ਪਿਆ ਔਰ ਅਸੀਂ ਇਹ ਅਰਦਾਸ ਕਰਦੇ ਹਾਂ ਵੀ ਇਹ ਜਿਹੜੀ ਬਿਮਾਰੀ ਹੈ ਇਹ ਦਾ ਹੁਣ ਪ੍ਰਕੋਪ ਬਹੁਤ ਜ਼ਿਆਦਾ ਘਟ ਗਿਆ ਔਰ ਜੋ ਦੀਵਾਲੀ ਹੈ ਜਿਹੜੀ ਇਹ ਵਲੀ ਆਈ ਖੁਸ਼ੀਆਂ ਖੇੜੇ ਲੈ ਕੇ ਆਵੇ ਘਰ ਘਰ ਦੇ ਵਿੱਚ ਦੀਵਾ ਜਗੇ ਔਰ ਲੋਕ ਖੁਸ਼ੀਆਂ ਖੇੜਿਆਂ ਦੇ ਨਾਲ ਇਹ ਦੀਵਾਲੀ ਮਨਾਉਣ ਔਰ ਸ਼੍ਰੀ ਰਾਮਚੰਦਰ ਜੀ ਇਸ ਉਤੇ ਬਦੀ ਬਦੀ ਉਤੇ ਨੇ ਕੀ ਦੀ ਜਿੱਤ ਜੋ ਉਹਨਾਂ ਨੇ ਪ੍ਰਾਪਤ ਕੀਤੀ ਜੋ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਅਸੀਂ ਉਹਨਾਂ ਦੇ ਪੂੜਨਿਆਂ ਤੇ ਚਲੀਏ ਔਰ ਇਹ ਦੀਵਾਲੀ ਜਿਹੜੀ ਹੈ ਸੁੱਖਾਂ ਦੀ ਆਵੇ ਖੁਸ਼ੀਆਂ ਖੇੜੀਆਂ ਦੀ ਆਵੇ ਘਰ ਘਰ ਦੀਵਾ ਜਗੇ ਸਾਰੇ ਹੀ ਬਨਾਉਣ ਔਰ ਪ੍ਰਦੂਸ਼ਣ ਰਹਿਤ ਮਨਾਈਏ ਅਸਤ ਬਾਈ ਜਿਹੜੀ ਪ੍ਰਦੂਸ਼ਣ ਰਹਿਤ ਮਨਾਈਏ ਔਰ ਬੜੇ ਹੀ ਸੈਸ ਬਾਹ ਦੇ ਢੰਗ ਦੇ ਨਾਲ ਆਪਾਂ ਇਹ ਦੀਵਾਲੀ ਦੀਵਾਲੀ ਮਨਾਈਏ ਔਰ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅਗੇ ਪਿਆਹੋ ਜੀ ਬਿਮਾਰੀ ਜਿਹੜੀ ਅੱਗੇ ਤੋਂ ਕੋਈ ਵੀ ਇਹੋ ਜੀ ਬਿਮਾਰੀ ਨਾ ਆਵੇ ਔਰ ਸਦਾ ਹੀ ਸਾਡੇ ਦੇਸ਼ ਵਾਸਤੇ ਸਾਡੇ ਫਤਿਹਗਾ ਚੂੜੀਆਂ ਪੰਜਾਬ ਵਾਸਤੇ ਸਾਰਿਆਂ ਵਾਸਤੇ ਇਹ ਦੀਵਾਲੀ ਸੁੱਖ ਭਰਿਆ ਸੁੱਖਾਂ ਭਰਿਆਂ ਦੀ ਆਵੇ ਔਰ ਹਾਸੇ ਖੇੜਿਆਂ ਦੇ ਨਾਲ ਲੋਕ ਮਨਾਉਣ ਉਹ ਤਰੱਕੀ ਕਰਦਾ ਔਰ ਜੈ ਸ਼੍ਰੀ ਰਾਮ